ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਸਾਡੇ ਯੂਟਿਊਬ ਚੈਨਲ ਦੇ ਉੱਤੇ। ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਵੀਡੀਓ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ। ਮੁਸੀਬਤਾਂ ਇੰਨੀਆਂ ਤਾਕਤਵਰ ਨਹੀਂ ਹੁੰਦੀਆਂ ਜਿੰਨੀਆਂ ਆਪਾਂ ਸਮਝ ਲੈਂਦੇ ਹਾਂ। ਕਦੇ ਸੁਣਿਆ ਹਨੇਰਿਆਂ ਨੇ ਸਵੇਰ ਨਾ ਹੋਣ ਦਿੱਤੀ ਹੋਵੇ? ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਹਾਨੂੰ ਆਪਣੇ ਆਪ 'ਤੇ ਭਰੋਸਾ ਹੋਣਾ ਚਾਹੀਦਾ ਹੈ। ਤੁਹਾਡਾ ਆਤਮ ਵਿਸ਼ਵਾਸ ਅਸੰਭਵ ਨੂੰ ਸੰਭਵ ਕਰਨ ਦੀ ਸਮਰੱਥਾ ਰੱਖਦਾ ਹੈ। ਆਲਸੀ ਅਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸਮਤ ਨਾਲ ਜੋੜ ਦਿੰਦੇ ਹਨ। ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਜਿੱਤ ਜ਼ਰੂਰ ਤੁਹਾਡੀ ਹੋਵੇਗੀ। ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ। ਮਜ਼ਬੂਤ ਬਣਨ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਇਨਸਾਨ ਤੁਹਾਨੂੰ ਕਮਜ਼ੋਰ ਸਮਝਦਾ ਹੈ। ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਹਾਨੂੰ ਆਪਣੇ ਆਪ 'ਤੇ ਭਰੋਸਾ ਹੋਣਾ ਚਾਹੀਦਾ ਹੈ। ਜਦ ਤਨ ਮਨ ਡੋਲਣ ਲੱਗੇ ਤਾਂ ਗੁਰੂ ਦਾ ਸਹਾਰਾ ਲਓ, ਨਾ ਕਿ ਨਸ਼ੇ ਦਾ। ਨਤੀਜਿਆਂ ਦਾ ਕੱਤ ਮਿਹਨਤ ਦੀ ਖੁਰਾਕ 'ਤੇ ਨਿਰਭਰ ਕਰਦਾ ਹੈ। ਆਪਣੀ ਜ਼ਿੰਦਗੀ ਦੇ ਕਿਸੇ ਵੀ ਦਿਨ ਨੂੰ ਨਾ ਕੋਸੋ, ਕਿਉਂਕਿ ਚੰਗਾ ਦਿਨ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਮਾੜਾ ਦਿਨ ਤਜਰਬੇ। ਸਫਲਤਾ ਦੀ ਸ਼ੁਰੂਆਤ ਤੁਹਾਡੇ ਮਨ ਤੋਂ ਹੁੰਦੀ ਹੈ। ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਸਫਲ ਵਿਅਕਤੀ ਦੀ ਤਰ੍ਹਾਂ ਦੇਖਣਾ ਸ਼ੁਰੂ ਕਰੋ। ਜਜ਼ਬਾ ਰੱਖੋ ਹਰ ਪਲ ਨੂੰ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ। ਤੁਹਾਡਾ ਆਤਮ ਵਿਸ਼ਵਾਸ ਅਸੰਭਵ ਨੂੰ ਸੰਭਵ ਕਰਨ ਦੀ ਸਮਰੱਥਾ ਰੱਖਦਾ ਹੈ। ਜ਼ਿੰਦਗੀ ਵਿੱਚ ਤੋਤਾ ਨਹੀਂ ਸਗੋਂ ਬਾਜ਼ ਬਣੋ, ਕਿਉਂਕਿ ਤੋਤਾ ਬੋਲਦਾ ਤਾਂ ਬਹੁਤ ਹੈ ਪਰ ਉੱਡਦਾ ਘੱਟ ਹੈ। ਬਾਜ਼ ਸ਼ਾਂਤ ਰਹਿੰਦਾ ਹੈ ਪਰ ਆਸਮਾਨ ਨੂੰ ਸੋਹਣ ਦੀ ਤਾਕਤ ਰੱਖਦਾ ਹੈ। ਦੁਨੀਆ ਦੀ ਹਰ ਚੀਜ਼ ਉਠਾਈ ਜਾ ਸਕਦੀ ਹੈ ਬਿਨਾਂ ਕਿਸੇ ਦੀ ਗਿਰੀ ਹੋਈ ਸੋਚ ਤੋਂ। ਤਾਕਤਵਰ ਬਣੋ ਇਸ ਲਈ ਨਹੀਂ ਕਿ ਮਾੜੇ ਨੂੰ ਦਵਾ ਸਕੋ, ਸਗੋਂ ਇਸ ਲਈ ਕਿ ਤਾਕੜਾ ਤੁਹਾਨੂੰ ਨਾ ਦਵਾ ਸਕੇ।